रहीम अस्सलाम वालेकुम। अस्सलाम वालेकुम। कैसे मेरे बहन भी, उम्मीद करते हैं कि सारे खैर खुशी से। अल्लाह पाक आप लोग खैर खुशी से, अल्लाह पाक सेहत दे, तंदुरुस्ती दे, हमेशा अल्लाह पाक रहमत दे। सारे तले आमीन। इसे दुआ दे नाल अज दी वीडियो करदे आगाज़, ते अज दी वीडियो आगाज़ करन तो पहले छोटी रिक्वेस्ट करा भरावां तक जिन्हां ने सोबिया फैमिली ब्लॉग अज तक सबसक्राइब नहीं कीता, सबसक्राइब कर दो, बैल दा बटन प्रेस करो, ताकि साडी हर आने वाली वीडियो मेरे भैन भरावां तक बर वक्त तुहाडे टाइम ते पहुंच। वीडियो कोई ऐसा नहीं कि अल्लाह खैर करे, मौसम बहुत खराब आ, बदल आ, अल्लाह पाक रहमत दी बारिश देवे। अल्हम्दुलिल्लाह अल्लाह पाक अपनी पनाह दे विच रखे। हां जी, हर मुसलमान नूं, हर भैण भरा नूं, हर दोस्त नूं अल्लाह पाक खैर करे, मदीने वाले दा साया रखे हमेशा। अल्लाह पाक हर साडे भैण भरा देखण वाले, तमाम यूट्यूब फैमिली देखण वाले अल्लाह पाक सेहत देवे, तंदुरुस्त दे, सेहत दीआं सभे खैर। कुछ माल दा चारा कुट पे, असीं माल दा चारा बना रहे हैं असीं, अल्हम्दुलिल्लाह। तुसीं वी आपणे भैण भरा नूं इह वी शेयर करिए, देखो छिड़ियां दे पत्ते विच थोड़ा हरा, थोड़ा जिहा आग रला बरला के दोबारा नहीं लभने। अल्हम्दुलिल्लाह अल्लाह पाक दा शुक्र आदि पाक दाद दा कि असीं अपनी तुहानूं चला के दिखाने आ ਕਿਸੇ ਕਿਤਾ ਮੋਟਰ ਚਲਾਉਂਦੇ ਔਰ ਕਿਤਾ ਅਸੀਂ ਪੱਠੇ ਕੁੱਤਰਦੇ ਹਾਂ। ਸਾਡੇ ਇੱਥੋਂ ਗਏ ਭੈਣ ਭਰਾ, ਉਹ ਹੀ ਵੇਖਦੇ ਅੱਗੇ ਉਹ ਕੁਛ ਕੁੱਤਰਦੇ ਵਿੱਚ ਰਹੇ ਆ, ਕਈਆਂ ਨੂੰ ਪਤਾ ਵਾ, ਕਿਸੇ ਨਹੀਂ ਵੀ ਪਤਾ, ਅਲਹਮਦੁਲਿਲਾ ਜਿਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਮਸ਼ੀਨ ਕਿਤਾ ਚੱਲਣੀ। ਹਾਂਜੀ, ਤੇ ਕੋਈ ਗੱਲ ਨਹੀਂ, ਕਿ ਵੇਲੋ ਦਿੱਤੀ ਆਈ ਵਾਂਗ ਵੀ ਕੁੱਕੜਾ ਦਮੀ ਦਿਆ, ਕੋਈ ਗੱਲ ਨਹੀਂ, ਕੁੱਕੜ ਵਾਂਗ ਵੀ ਪੂਰੇ ਦਿੱਤੀ ਆ। ਹਾਂਜੀ, ਨਹੀਂ ਕੋਈ ਵੇਲਣ ਦਿੱਤੀ ਆ, ਸਰਦੀ ਰਾਹ ਅਸਲ ਦੀ ਆ। ਚਲੋ ਜੀ, ਉਹ ਆਪਣੀ ਜਗ੍ਹਾ ਤੇ ਮੁਰਗਾ ਵੀ ਠੀਕ ਆ, ਅਲਹਮਦੁਲਿਲਾ ਅੱਲਾਹ ਪਾਕ ਕਰੇ ਆਪਣੇ ਭੈਣ ਭਰਾਵਾਂ ਨੂੰ ਖੇਰ ਕਰਦੇ। ਸਾਡੇ ਨਾਲ ਤੋਰ ਬੈਠੀਆਂ ਪਿੱਛੋਂ ਲੱਗਾ ਰਮਾਨ ਵੀ ਕੁੱਕੜਾ ਦਮੀ ਦਿਆ। ਚਲੋ ਕੋਈ ਗੱਲ ਨਹੀਂ, ਤੇ ਤੁਸੀਂ ਅਸੀਂ ਮੋਟਰ ਚਲਾਉਂਦੇ ਆ, ਤੁਸੀਂ ਦੇਖੋ ਮੇਰੇ ਭੈਣ ਭਰਾ ਕਿ ਅਸੀਂ ਪੱਠੇ ਕੁੱਤਰਦੇ ਚਾਰਾ। ਮੋਟਰ ਮੇਰੀ ਤਾਂ ਕਸ਼ਟਾਟ ਆ ਮਾਸ਼ਾਅੱਲਾ, ਇਹਨੂੰ ਬਟਨ ਛੱਡਣਾ ਦੇਖੋ ਨਹੀਂ ਚੱਲਣਾ, ਇਹਨੂੰ ਮੈਂ ਜਦੋਂ ਚਲਾਉਣਾ ਦੇ ਚੱਲਣਾ, ਦੇਖੋ ਇਹ ਧੱਕਾ ਲਾਉਣਾ ਖੇਤ ਚੱਲਣਾ ਨਹੀਂ ਤਾਂ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਬਾਬਾ ਹੁਣੇ ਪਛੇੜੇ ਕੁੱਤਰੇ ਨੇ, ਮਾਸ਼ਾਅੱਲਾ ਮਾਂ ਦਾ ਚਾਰਾ ਹਰਾ ਔਰ ਆਗ, ਮਾਸ਼ਾਅੱਲਾ ਮਸ਼ੀਨ ਵੀ ਸਾਡੀ ਬਸ ਗੁਜ਼ਾਰਾ ਜੇ ਹੈ ਆ, ਕੋਈ ਨਹੀਂ, ਅੱਲਾ ਬਾ ਖੈਰ ਕਰੇ, ਅੱਲਾ ਬਾ ਸਾਡੀ ਖਾਲਾ ਨੂੰ ਸੇਧ ਦੇਵੇ, ਤੰਦਰੁਸਤੀ ਦੇਵੇ। ਤੋ ਮਾਸ਼ਾਅੱਲਾ ਬਾਬਾ ਹੁਣੇ ਜੀ ਪੱਠੇ ਕੁੱਤਰੇ ਨੇ, ਅੱਲਾ ਬਾ ਖੈਰ ਕਰੇ, ਦੇਖ ਸਕਦੇ ਮੇਰੇ ਭੈਣ ਭਾਈ ਟੋਕੇ ਮਸ਼ੀਨ 'ਤੇ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਦੇਖੋ ਕਿ ਟੋਕੇ ਰਗੜਾ ਲਈਦੇ ਆ, ਫਿਰ ਪੱਠੇ ਮਾਸ਼ਾਅੱਲਾ ਸਹੀ ਜ਼ਬਰਦਸਤ ਮਸ਼ੀਨ ਕੁੱਤਰਦੀ ਹੈ। ਅਤੇ ਵੈਸੇ ਹੈ ਤਾਂ ਗੁਜ਼ਾਰੇ ਜਾਈਏ, ਚਲੋ ਕੋਈ ਨਹੀਂ, ਅੱਲਾ ਬਾ ਖੈਰ ਕਰੇ, ਅੱਲਾ ਬਾ ਸੇਧ ਦੇਵੇ। ਤੋ ਮਾਸ਼ਾਅੱਲਾ ਬਾਬਾ ਹੁਣੇ ਪੱਠੇ ਕੁੱਤਰ ਲੈਂਦੇ ਨੇ, ਫਿਰ ਆਪਣੇ ਭੈਣ ਵੀ ਇਹਨੂੰ ਸੇਧ ਕਰਾਂਗੇ। ਮਾਸ਼ਾਅੱਲਾ ਜੀ ਅੱਲਾ ਬਾ ਕਰੇ ਖੈਰ ਜੀ, ਸਹੀ ਭੈਣ ਬਈ ਦੇਖ ਸਕਦੇ ਹਾਂ ਪੱਠੇ ਜਿਹੜੇ ਆ ਉੱਥੇ ਅੱਗੇ ਨੂੰ ਆਈ ਜਾ ਰਹੇ ਨੇ, ਬਾਬਾ ਹੁਣੇ ਪਿੱਛੇ ਪਰਮਾਣੇ 'ਚ ਰੱਖਦੇ ਨੇ ਅਤੇ ਅੱਗੇ ਆਉਂਦੇ ਨੇ ਮਾਸ਼ਾਅੱਲਾ, ਅੱਗੇ ਆ ਕੇ ਫਿਰ ਜਿਹੜੇ ਨੇ ਅੱਗੇ ਕੁੱਤਰ ਹੋ ਜਾਂਦੇ ਨੇ। ਮਾਸ਼ਾਅੱਲਾ ਜੀ ਮਾਸ਼ਾਅੱਲਾ ਪੱਠੇ ਜਿਹੜੇ ਬਹੁਤ ਪਿਆਰੇ ਕੁੱਤਰ ਹੋ ਰਹੇ ਨੇ, ਹਰਾ ਵਾ ਮਾਸ਼ਾਅੱਲਾ, ਮਾਲ ਵੀ ਥੋੜ੍ਹਾ ਜਿਹਾ ਖਾਂਦਾ ਹੈ, ਅੱਲਾ ਪਾਕ ਨੂੰ ਸੇਧ ਦੇਵੇ, ਤੰਦਰੁਸਤੀ ਦੇਵੇ। ਮਾਸ਼ਾਅੱਲਾ ਬਾਬਾ ਹੁਣੇ ਪਿੱਛੇ ਕੁੱਤਰ ਦੇ ਕੁੱਤਰ ਕੇ, ਤਾਂ ਫਿਰ ਜਿਹੜਾ ਅਗਲਾ ਸੀਨ ਉਹ ਵੀ ਮੇਰੇ ਭੈਣ ਵੀ ਸ਼ੇਅਰ ਕਰਦੇ ਹਾਂ, ਭੈਣ ਬਈ ਵੀਡੀਓ ਨਾਲ ਜੋੜ ਕੇ ਰਹਿਣ। ਅੱਜ ਸਾਡੀ ਵੀਡੀਓ ਬਹੁਤ ਹੀ ਖਾਸ ਆ, ਦੋ ਐਂਡੀਆਂ ਸਕਿੱਪ ਨਹੀਂ ਕਰਨੀ ਹੈਗੀ, ਪੂਰੀ ਵਾਚ ਕਰਨੀ ਆ ਵੀਡੀਓ, ਸਾਡੀ ਪਹਿਲੇ ਵੀ ਬਹੁਤ ਜ਼ਿਆਦਾ ਖਾਸ ਹੁੰਦੀ ਹੈ, ਤਾਂ ਹੁਣ ਫਿਰ ਆ ਮਾਸ਼ਾਅੱਲਾ ਬਣ ਗਈ, ਵੀਡੀਓ ਪੂਰੀ ਵਾਚ ਕਰਾਂ, ਸਕਿੱਪ ਨਾ ਕਰਾਂ। ਅਲਹਮਦੁਲਿਲਾ ਚਾਰਾ ਸਾਡਾ ਮਾਲ ਤਾਂ ਕੁਤਰੇਗਾ, ਮਗਰ ਚਾਰਾ ਤਾਂ ਹੈਗਾ ਤਾਂ ਥੋੜ੍ਹਾ, ਕਿਉਂਕਿ ਸਾਡਾ ਚਾਰਾ ਜਗ੍ਹਾ ਸਾਰੀ ਭਰੀ ਹੁੰਦੀ ਹੈ ਪੱਠਿਆਂ ਜੀ, ਚਾਰਾ ਹੈ ਨਹੀਂ ਹਜੇ, ਹਰਿਆਲੀ ਵਾਲਾ ਜਿਹੜਾ ਹਰੇ। ਹਾਂਜੀ, ਇਹ ਹਰਾ ਜ਼ਿਆਦਾ ਕੁਤਰ ਲਈ, ਇਹ ਤੂੜੀ ਪਾ ਲਈਦੀ, ਤੂੜੀ ਛਾਣ ਕੇ ਉਹ ਪਾ ਕੇ, ਅਤੇ ਇਨਸ਼ਾਅੱਲਾ ਤਾਲਾ ਆਪਣੇ ਮਾਲ ਦਾ ਢਿੱਡ ਭਰਦੇ ਹਾਂ ਅੱਲਾ ਦੇ ਹੁਕਮ ਨਾਲ। ਬਿਲਕੁਲ, ਆ ਮੈਂ ਕਿਹਾ ਮੈਂ ਭੇਡਾਂ ਦੇ ਉੱਥੇ ਨਾ ਅੰਦਰ ਜੀ ਖੁੱਲ੍ਹੀ ਛੱਡੇ, ਖੁੱਲ੍ਹੀ 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 ਛੱਡੋ ਜੀ, ਆ ਦੇਖ ਸਕਦੇ ਮੇਰੇ ਭੈਣ ਦਾ ਕਿ ਸੁਬਾਹ ਨੂੰ ਜਾਈਦਾ, ਉੱਠੀ ਦਾ ਸੁਬਾਹ ਅੱਲਾ ਨੂੰ ਯਾਦ ਕਰੀਦਾ, ਅਲਹਮਦੁਲਿਲਾ ਅੱਲਾ ਨੂੰ ਯਾਦ ਕਰਕੇ ਬਾਹਰ ਆਈਦਾ, ਮਾਲ ਨੂੰ ਚਾਰਾ ਛਾਣੀ ਦਾ, ਤੂੜੀ ਛਾਣੀ ਦੀ, ਮਾਲ ਦੀ ਖੁੱਲ੍ਹੀਆਂ ਛੱਡੀ ਦੀ, ਮੁੜ ਕੇ ਮਾਲ ਗੱਡੀ ਦਾ ਕੱਢ ਕੇ ਗੋਹਾ ਛੋਹਿਆ ਚੱਕੀ ਦਾ ਚੱਕ ਕੇ, ਹਾਂਜੀ ਉਹਨਾਂ ਸਾਰਾ ਸਫਾਈ ਤੇ ਕਰਕੇ ਆਪਣਾ ਫਿਰ ਚਾਹ ਪਾਣੀ ਪੀ ਕੇ ਫਿਰ ਚਲੇ ਜਾਈਦਾ ਬਾਹਰ, ਚੋਗਾ ਚੋਗਾ, ਇਹ ਵੀ ਸਾਡਾ ਚੋਗਾ ਜੀ। ਬਿਲਕੁਲ, ਇਹਨਾਂ ਲੈ ਕੇ ਪਾਵਾਂਗੇ, ਇਹਨਾਂ ਢਿੱਡ 'ਚ ਕੁਛ ਪਾਊਂਗੀ, ਕੋਈ ਚਾਰਾਂ ਨੇ ਜਦੋਂ ਵੇਚਾਂਗੇ ਸਾਨੂੰ ਵੀ ਆ ਜਾਣਗੇ, ਮਾਲਕਾਂ ਨੂੰ ਵੀ ਆ ਜਾਣਗੇ, ਤੇ ਸਾਡਾ ਇਹ ਚੋਗਾ। ਅਲਹਮਦੁਲਿਲਾ ਦੁਆ ਦੇ ਰਹੇ ਅੱਲਾ ਪਾਕ ਖੈਰ ਕਰੇ ਉਹਨਾਂ ਭੈਣ ਭਰਾਵਾਂ ਨੂੰ ਵੀ ਜਿਹੜੇ ਸਾਡੇ ਸਪੋਰਟ ਕਰਦੇ ਨੇ, ਅਲਹਮਦੁਲਿਲਾ ਸਾਨੂੰ ਦੇਖ ਰਹੇ ਨੇ, ਤੋ ਇਹ ਵੀ ਸਾਡੀਆਂ ਦੁਆਵਾਂ, ਮਾਲ ਵੀ ਸਾਡੇ ਗੁੰਗ ਮਾਲ ਹੈ ਵੀ ਦੁਆ ਕਰ ਰਿਹਾ, ਖਾਂਦਾ ਪੀਂਦਾ ਦੁਆ ਕਰ ਰਿਹਾ, ਜਦੋਂ ਢਿੱਡ ਭਰ ਕੇ ਕਿਸੇ ਨੂੰ ਦੇਣਾ ਨਹੀਂ ਤਾਂ ਫਿਰ ਉਹਨੇ ਦੁਆ ਵੀ ਦੇਣੀ ਨਾ।
ਮਾਲ ਡੰਗਰ ਨੂੰ ਢਿੱਡ ਭਰ ਕੇ ਦਿਓ ਇਹ ਵੀ ਦੁਆ ਕਰਦਾ ਬੰਦੇ ਦਾ ਹਾਂਜੀ ਖਾ ਕੇ ਜਦੋਂ ਇਹ ਫੂਕਰ ਮਾਰਦਾ ਨਾ ਤਾਂ ਉਹ ਵੇਖ ਕੇ ਸੀ ਨਾ ਡੰਗਰ ਰਾਜੀ ਦਾ ਫੂਕਰਾ ਮਾਰਦਾ ਫੂਕਰਾ ਨਹੀਂ ਮਾਰਦਾ ਉਹ ਅੱਲਾ ਪਾਕ ਕੇ ਦੁਆ ਕਰਦਾ ਕਿ ਅੱਲਾ ਅੱਲਾ ਤਾਲਾ ਇਹ ਬਾਰੀ ਤਾਲਾ ਕਿ ਮੇਰੇ ਮਾਲਕ ਨੇ ਮੈਨੂੰ ਰਜਾਇਆ ਤੇਰੇ ਬੰਦੇ ਨੇ ਮੈਨੂੰ ਰਜਾਇਆ ਅੱਲਾ ਪਾਕ ਇਹਨੂੰ ਰੱਜ ਕੇ ਦੇ ਅੱਲਾ ਪਾਕ ਦੀ ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਅਲਹਮਦੁਲਿਲਾ ਗੁਰਬਤ ਅਮੀਰਤ ਅੱਲਾ ਦੇ ਹੱਥ ਵਸ ਮੈਂ ਅੱਗੇ ਕਹਿ ਚੁੱਕਿਆ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਅਤੇ ਮਾਪੇ ਇਹ ਕੁਛ ਨਹੀਂ ਲੱਭਦੀ ਬਾਅਦ 'ਚ ਮਗਰ ਇਹ ਮਜ਼ਦੂਰੀ ਆਪਣੀ ਲਾਜ਼ਮ ਹਾਂਜੀ ਹਾਂਜੀ ਦੁਨੀਆਦਾਰੀ ਆ ਤੰਦਰੁਸਤੀ ਦੇਵੇ ਮਾਲ ਜਾਨ ਨੂੰ ਬੱਚਿਆਂ ਨੂੰ ਤੇ ਸਾਡੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਅੱਲਾ ਸਿਹਤ ਵਾਲੀ ਜ਼ਿੰਦਗੀ ਦੇਵੇ ਯਕੀਨ ਕਰੋ ਮੇਰੇ ਬੱਚੇ ਵੀ ਸਾਰੇ ਡਿਊਟੀ ਤੇ ਲੱਗੇ ਬਾਹਰੋਂ ਬਾਰੇ ਜਿੰਨਾ ਸੀ ਨਾ ਜਿਹਦੇ ਜੁਮੇ ਕਾਮਲ ਦਾ ਕੋਈ ਵੀ ਮੇਰਾ ਜੀ ਵੀ ਨਹੀਂ ਵਿਹਲਾ ਬੈਂਦਾ ਸਾਰੇ ਕੰਮ ਆਪਾਂ ਆਪਣੀ ਡਿਊਟੀ ਸਾਂਭੀ ਅਲਹਮਦੁਲਿਲਾ ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਅੱਲਾ ਪਾਕ ਦਾ ਲੱਖ ਲੱਖ ਵਾਰੀ ਸ਼ੁਕਰ ਆ ਤੇ ਭੈਣ ਭਰਾਵਾਂ ਦਾ ਵੀ ਬਹੁਤ ਸ਼ੁਕਰੀਆ ਅਲਹਮਦੁਲਿਲਾ ਜਿਹਨਾਂ ਨੇ ਸਾਨੂੰ ਇਸ ਤੱਕ ਪਹੁੰਚਾਇਆ ਜੀ ਬਿਲਕੁਲ ਬਿਲਕੁਲ ਔਖੇ ਸੌਖੇ ਦਿਨ ਬੰਦਿਆਂ ਦੇ ਆ ਜਾਂਦੇ ਆ ਹੱਸ ਕੇ ਲਵਾਉਣ ਚਾਹੀਦੇ ਕਹਿੰਦੇ ਮੀਂਹ ਆ ਤੇ ਤੁਰੇ ਫਿਰਦੇ ਗੁਜ਼ਾਰ ਦਿਓ ਅਗਰ ਹਨੇਰੀ ਆ ਤੇ ਬਹਿ ਜਾਓ ਜੀ ਬਿਲਕੁਲ ਮੀਂਹ ਆ ਤੇ ਤੁਰੇ ਫਿਰੋ ਕੋਈ ਟੈਨਸ਼ਨ ਨਹੀਂ ਅਗਰ ਹਨੇਰੀ ਆ ਤੇ ਬਹਿ ਜਾਓ ਤੇ ਔਖੇ ਵੀ ਦਿਨ ਆ ਜਾਂਦੇ ਬੰਦਿਆਂ ਦੇ ਸੌਖੇ ਵੀ ਦਿਨ ਆ ਜਾਂਦੇ ਆ ਤੇ ਇਹ ਨਹੀਂ ਕਿ ਜਦੋਂ ਔਖੇ ਦਿਨ ਆਉਣ ਉਦੋਂ ਬੰਦਾ ਘਬਰਾ ਜਾਵੇ ਜੇ ਸੌਖੇ ਦਿਨ ਆ ਜਾਵੇ ਉਦੋਂ ਭੁੱਲ ਜਾਵੇ ਨਹੀਂ ਨਹੀਂ ਹਾਂਜੀ ਜਦੋਂ ਔਖੇ ਆਉਣ ਉਦੋਂ ਭੈਣ ਭਰਾ ਯਾਦ ਆ ਜਾਂਦੇ ਜਦੋਂ ਸੌਖੇ ਹੋਣ ਉਦੋਂ ਭੁੱਲ ਜੇ ਨਾ ਇਹ ਗਲਤ ਨਹੀਂ ਨਾ ਇਹ ਵੀ ਇਨਸਾਨੀਅਤ ਨਹੀਂ ਇਹ ਵੀ ਇਨਸਾਨੀਅਤ ਨਹੀਂ ਕਹਿੰਦੇ ਯਾਦ ਰੱਖਣਾ ਚਾਹੀਦਾ ਹਰ ਟਾਈਮ ਅੱਲਾ ਪਾਕ ਦੀਨੇ ਵਾਲੇ ਨੂੰ ਸਤਿਕਾਰ ਅੱਲਾ ਖੈਰ ਕਰੇ ਭੈਣ ਭਰਾਵਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਜਿਹੜਾ ਕਹਿੰਦੇ ਜੀ ਔਖੇ ਟਾਈਮ 'ਤੇ ਖੜਾ ਆਵੇ ਜਿਹੜਾ ਯਾਦ ਕਰੇ ਔਖੇ ਟਾਈਮ 'ਤੇ ਖਲੋਵੇ ਉਹਨੂੰ ਤਾਂ ਫਿਰ ਕਿਆ ਹੀ ਬਾਤਾਂ ਨਾ ਹਾਂਜੀ ਉਸ ਭੈਣ ਭਰਾ ਦਾ ਤਾਂ ਦੇਣ ਇਨਸਾਨ ਜਿਹੜਾ ਉਹ ਦੇ ਨਹੀਂ ਸਕਦਾ ਅਲਹਮਦੁਲਿਲਾ ਭੈਣਾਂ ਭਰਾਵਾਂ ਸਾਡੀ ਜਿਹੜੀ ਉਹ ਪੂਰੀ ਵਾਸ਼ ਕਰਿਆ ਕਰਨ ਅਲਹਮਦੁਲਿਲਾ ਅਸੀਂ ਆਪਣੀ ਮਿਹਨਤ ਮਜ਼ਦੂਰੀ ਮਸ਼ੱਕਤ ਕਿਤੇ ਤੋਂ ਕਦੀ ਪਿੱਛੇ ਨਹੀਂ ਰਹੇ ਅੱਲਾ ਪਾਕ ਦਾ ਸ਼ੁਕਰ ਅੱਲਾ ਨਿਆਣਾ ਪ੍ਰਾਣਾਂ ਨੂੰ ਅਤੇ ਅੱਲਾ ਇਹਨਾਂ ਬੱਚਿਆਂ ਨੂੰ ਤੰਦਰੁਸਤ ਸਿਹਤ ਵਾਲੀ ਜ਼ਿੰਦਗੀ ਦੇਵੇ ਜਿਹੜੇ ਨਾਲ ਨਾਲ ਐਡੇ ਐਡੇ ਬੱਚੇ ਲੋਕਾਂ ਦੇ ਅੰਦਰਾਂ 'ਚ ਪਏ ਆਰਾਮ ਕਰ ਰਹੇ ਇੰਨੀ ਸਰਦੀ ਸਾਡੇ ਬੱਚੇ ਅਲਹਮਦੁਲਿਲਾ ਅਸੀਂ 5 ਵਜੇ ਉੱਠ ਜਾਈਏ ਅਸੀਂ 6 ਵਜੇ ਉੱਠ ਜਾਈਏ ਸਾਡੇ ਬੱਚੇ ਨੇ ਮਾਸ਼ਾਅੱਲਾ ਨਾਲ ਸਾਡੇ ਖੜੇ ਹੋ ਜਾਣਾ ਹਾਂਜੀ ਤੋਂ ਮੌਸਮ ਸਾਰਾ ਦਿਨ ਹਵਾ ਵੀ ਚੱਲ ਰਹੀ ਹੈ ਹਾਂਜੀ ਹਵਾ ਵੀ ਚੱਲ ਰਹੀ ਹੈ ਠੰਡ ਵੀ ਹੈ ਬੱਦਲ ਵੀ ਬਣਿਆ ਪਿਆ ਬਾਹਰ ਫੇਰ ਹੀ ਮੇਰੇ ਬੱਚੇ ਕੰਮ ਕਰਦੇ ਮੈਂ ਤੁਹਾਨੂੰ ਦਿਖਾਉਣਾ ਕਿ ਮੇਰੇ ਬੱਚੇ ਕੰਮ ਕਰਦੇ ਅੱਜ ਦੇ ਅਲਾਵਾ ਕਰ ਖਿਆ ਜੋ ਸੁਣਨ ਬਈ ਦੇਖ ਸਕਦੇ ਆ ਮਾਸ਼ਾਅੱਲਾ ਵੀ ਨਹੀਂ ਹੁਣੇ ਵਿੱਚ ਜਿਹੜੀ ਬਜਰੀ ਪਾਉਂਦੇ ਨੇ ਇੰਨੀ ਪਈ ਸੀਗੀ ਤੋ ਉੱਧਰ ਵੀ ਥੋੜ੍ਹੀ ਜਿਹੀ ਘੱਟੂ ਪਏ ਸੀਗੇ ਮੰਮਾ ਹੁਣੇ ਕਹਿ ਰਹੀ ਸੀਗੀ ਕਿ ਇਹ ਵੀ ਰੱਖ ਲਓ ਜਲਦੀ ਜਲਦੀ ਪਾਕ ਅੰਦਰ ਔਰ ਜਿਹੜੀ ਫਿਰ ਹੋਰ ਲਿਆਵਾਂਗੇ ਜਿਹੜੇ ਤਾਂ ਆਪਣੇ ਸਿਹਤ ਵਿੱਚ ਪੂਰੀ ਆ ਜੂਗੀ ਮਾਸ਼ਾਅੱਲਾ ਵਿਹੜਾ ਆਪਣਾ ਜਿਹੜਾ ਮੁਕੰਮਲ ਹੋ ਜੂਗਾ ਇਹ ਵੀ ਮੰਮਾ ਜੀ ਕਹਿ ਰਹੇ ਸੀ ਕਿ ਰੱਖ ਲਓ ਅਤੇ ਹੋਰ ਵੀ ਹੋਰ ਲਿਆਵਾਂਗੇ ਥੋੜ੍ਹੀ ਜਿਹੀ ਤਾਂ ਆਪਣਾ ਵਿਲੇਜ ਪੂਰੀ ਆ ਜੂਗੀ ਮਾਸ਼ਾਅੱਲਾ ਹੁਣ ਬਾਈ ਹੁਣੇ ਪਾ ਰਹੇ ਨੇ ਬਜਰੀ ਤਾਂ ਫਿਰ ਪਾ ਕੇ ਉੱਥੇ ਰੱਖਣਗੇ ਰੱਖ ਕੇ ਮਾਸ਼ਾਅੱਲਾ ਅੱਜ ਮੌਸਮ ਵੀ ਖਰਾਬ ਆ ਜਿਵੇਂ ਲੱਗ ਰਿਹਾ ਜਿਵੇਂ ਬਾਰਿਸ਼ ਆਏਗੀ ਮੈਨੂੰ ਅੱਲਾ ਬਖਸ਼ੇ ਦੇ ਅੱਲਾ ਬਖਸ਼ ਤੰਦਰੁਸਤੀ ਦੇ ਬਾਈ ਨਦੀਮ ਔਰ ਬਾਈ ਜਨਾ ਉਹ ਗਿਆ ਹੋਇਆ ਉਹ ਲੈਣ ਉਹ ਪੇੜਾ ਚੱਲਣ ਗਏ ਨੇ ਸੋਰੀ ਹਾਂਜੀ ਉਹ ਪੇੜਾ ਚੱਲਣ ਚਲੇ ਗਏ ਨੇ ਟਾਈਮ ਨਾਲ ਹੀ ਕਿਉਂਕਿ ਫਿਰ ਉਹ ਖੜੀਆਂ ਸੀ ਭੁੱਖੀਆਂ ਸੀ ਫਿਰ ਉਹ ਕਹਿੰਦੇ ਸੀ ਅਸੀਂ ਲੈ ਕੇ ਜਾਂਦੇ ਹਾਂ ਤਾਂ ਮਾਸ਼ਾਅੱਲਾ ਉਹ ਆਪਣਾ ਮਾਲ ਲੈ ਗਏ ਨੇ ਔਰ ਬਾਈ ਹੁਣੇ ਇੱਧਰੋਂ ਬੱਜੀ ਵਗੈਰਾ ਇਕੱਠੀ ਕਰਕੇ ਇਸ ਪਾ ਰਹੇ ਨੇ ਗੱਟੂਆਂ 'ਚ ਗੱਟੂ ਭਰ ਭਰ ਕੇ ਅਤੇ ਮਾਸ਼ਾਅੱਲਾ ਜੀ ਥੜੇ ਤੋਂ ਜੋੜ ਦਿੰਦੇ ਨੇ ਅੱਲਾ ਪਾਕ ਖੈਰ ਕਰੇ ਬਾਈ ਨਹੀਂ ਹੁਣੇ ਗੱਟੂ ਜਿਹੜੇ ਇੱਧਰ ਭਰ ਰਹੇ ਨੇ ਮਾਸ਼ਾਅੱਲਾ ਅੱਲਾ ਪਾਕ ਖੈਰ ਕਰੇ ਤੋ ਮਾਸ਼ਾਅੱਲਾ ਬਾਈ ਨਹੀਂ ਹੁਣੇ ਕਹਿੰਦੇ ਜਲਦੀ ਜਲਦੀ ਗੱਟੂ ਭਰ ਦਈਏ ਭਰ ਕੇ ਔਰ ਫਿਰ ਉਹ ਦੀਵਾਰ ਦੇ ਨਾਲ ਖੜ੍ਹੇ ਕਰ ਦਿੰਦੇ ਹਾਂ ਕਿਉਂਕਿ ਫਿਰ ਮੌਸਮ ਖਰਾਬ ਹੈ ਨਾ ਫਿਰ ਬਾਰਿਸ਼ ਆ ਜਾਵੇ ਸਾਰੀ ਭੇਜ ਜਾਣੀ ਹੈ ਤਾਂ ਮੰਮਾ ਜੀ ਕਹਿ ਰਹੀ ਸੀਗੀ ਕਿ ਹਾਂਜੀ ਤੁਸੀਂ ਭਰੋ ਭਰ ਕੇ ਅਤੇ ਫਿਰ ਇਹਦੇ ਨਾਲ ਖੜ੍ਹੀ ਕਰਦੇ ਦੁਆਰ ਦੇ ਹੋਲ ਲਿਆਵਾਂਗੇ ਥੋੜ੍ਹੀ ਜਿਹੀ ਬਜਰੀ ਤੋ ਫਿਰ ਜਿਹੜਾ ਨਾ ਆਪਣੇ ਵਿਹੜੇ ਦੇ ਵਿੱਚ ਪੂਰੀ ਆ ਜੂਗੀ ਕੋਈ ਨਹੀਂ ਅੱਲਾ ਪਾਕ ਸਿਹਤ ਦੇ ਸਾਡੀ ਖਾਲਾ ਨੂੰ ਅੱਲਾ ਪਾਕ ਤੰਦਰੁਸਤੀ ਦੇਵੇ ਜਿਹਨੇ ਸਾਡੀ ਇੰਨੀ ਹੈਲਪ ਕੀਤੀ ਸਾਡੀ ਇੰਨੀ ਮਦਦ ਕੀਤੀ ਸਾਡੇ ਨਾਲ ਇੰਨੀ ਸਪੋਰਟ ਕੀਤੀ ਮਾਸ਼ਾਅੱਲਾ ਤੋ ਸਾਡਾ ਕੰਮ ਹੋ ਗਿਆ ਅੱਲਾ ਪਾਕ ਸਾਡੀ ਖਾਲਾ ਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ ਬਾਕੀ ਭੈਣ ਭਾਈ ਨੇ ਵੀ ਅੱਲਾ ਪਾਕ ਸਿਹਤ ਦੇਵੇ ਤੰਦਰੁਸਤੀ ਦੇਵੇ ਜਿਹੜੇ ਸਾਡੇ ਨਾਲ ਜੋੜ ਕੇ ਰਹੇ ਸਾਡੀ ਵੀਡੀਓ ਵਾਚ ਕੀਤੀ ਮਾਸ਼ਾਅੱਲਾ ਤੋ ਮਾਸ਼ਾਅੱਲਾ ਜੀ ਹੁਣ ਬਾਈ ਹੁਣੇ ਬਜਰੀ ਬੰਦੇ ਨੇ ਪਾ ਕੇ ਫਿਰ ਅਗਲਾ ਜੋ ਸੀਨ ਹੋਇਆ ਆਪਣੇ ਭੈਣ ਭਾਈ ਨੇ ਸ਼ੋ ਵੀ ਸ਼ੇਅਰ ਕਰਦੇ ਚਲੋ ਜੀ ਅੱਲਾ ਖੈਰ ਕਰੋ ਅਸੀਂ ਲੱਗੇ ਸਾਡੇ ਜੁਮੇ ਦਾ ਅਸੀਂ ਜੁਮੇ ਪੜ੍ਹ ਕੇ ਜੁਮੇ ਤੇ ਵਿਹਲੇ ਹੋਏ ਹਾਂ ਵਿਹਲੇ ਹੋ ਕੇ ਨਾਲ ਡੰਗਰ ਵੀ ਕੀਤੀ ਕਰਕੇ ਹੁਣ ਆ ਗਿਆ ਵਾ ਸਰ ਆ ਜਾ ਸਰ ਤੇ ਹੁਣ ਅਸੀਂ ਲੱਗੇ ਹਾਂ ਇਹਦੇ ਸੀਮਿੰਟ ਲਾ ਕੇ ਤੇ ਆਪਣਾ ਹਾਲ ਨੂੰ ਪਲਸਤਰ ਕਰ ਇਹ ਦੋ ਕੜਾਈਆਂ ਪਾਉਣੀਆਂ ਜੀ ਹਾਂਜੀ ਦੋ ਕੜਾਈਆਂ ਪਾ ਲਓ ਚਲੋ ਕੜਾਈ ਇੱਕ ਬਾਜੂਗੀ ਉਹ ਉੱਤੇ ਆਉਣੀ ਉਹ ਉੱਤੇ ਨੀਲੂ ਦੇ ਨੀਲੂ ਪੈ ਜੀ ਸਿਆਣੇ ਬੱਚੇ ਸਿਆਣੇ ਕੰਮ ਕਰਦੇ ਚਲੋ ਸ਼ਾਬਾਸ਼ ਤੇ ਲਾਓ ਮਸਾਲਾ ਅੱਲਾ ਦੇ ਹੁਕਮ ਨਾਲ ਠੀਕ ਹੋਗਾ ਜਨਾਬ ਠੀਕ ਆਪਣੀ ਮਰਜ਼ੀ ਕਰੋ ਜਿਵੇਂ ਤੁਹਾਡਾ ਦਿਲ ਕਰਦਾ ਹੋਵੇ ਕਰੋ
ਕੀ ਜ਼ੋਰ ਗਰੀਬਾਂ ਦਾ ਤਬਦੋ ਬਦੀ ਮਿਲ ਜਾਂਦਾ ਜੋ ਲਿਖਿਆ ਨਸੀਬ ਆ ਇਹਦੇ ਇਹਦੇ ਗੱਲ ਜੀ ਜਿਹੜਾ ਨਸੀਬ ਕੀ ਲਿਖਿਆ ਬਦੋ ਬਦੀ ਮਿਲ ਜਾਣਾ ਇਨਸਾਨ ਨੂੰ ਤੇ ਇਨਸਾਨ ਨੂੰ ਬਸ ਥੋੜਾ ਥੋੜਾ ਸਮਝਣਾ ਚਾਹੀਦਾ ਅੱਲਾ ਪਾਕ ਦਿੰਦੇ ਆ ਹੁੰਦਾ ਤੇ ਅੱਲਾ ਪਾਕ ਸਾਡੀ ਇਸ ਭੈਣਾਂ ਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ ਬੜੀ ਭੈਣਾਂ ਔਰ ਦਾਰਾ ਆਪੀ ਜਿਨ੍ਹਾਂ ਨੇ ਸਾਡਾ ਕੰਮ ਮਾਸ਼ਾਅੱਲਾ ਕੰਪਲੀਟ ਕਰਾ ਦਿੱਤਾ ਤੇ ਕੋਈ ਗੱਲ ਨਹੀਂ ਜਿਹੜਾ ਸਾਡਾ ਥੋੜਾ ਰਹਿੰਦਾ ਉਹ ਵੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹ ਵੀ ਹੋਣਾ ਮਗਰ ਸਾਡੇ ਮਕਾਨ ਬਿਲਕੁਲ ਕਲੀਅਰ ਹੋ ਚੁੱਕੇ ਅੱਲਾ ਦੇ ਹੁਕਮ ਨਾਲ ਤੇ ਭੈਣ ਭਰਾਵਾਂ ਦੀ ਦੁਆਵਾਂ ਨਾਲ ਉਸ ਭੈਣ ਦੀ ਦੁਆਵਾਂ ਨਾਲ ਅੱਲਾ ਨੇ ਸਾਡੀ ਸੁਣੀ ਹੈ ਅੱਲਾ ਪਾਕ ਸਾਰਿਆਂ ਦੀ ਸੁਣੇ ਜਿਹਨਾਂ ਕੋਲ ਮਕਾਨ ਨਹੀਂ ਹੈਗੇ ਅੱਲਾ ਪਾਕ ਉਹਨਾਂ ਮਕਾਨ ਦੇਵੇ ਤੇ ਬਸਤੀ ਨਾਲ ਦੇ ਵਾਸਤੇ ਦੁਆ ਕਰੋ ਕਿ ਅੱਲਾ ਪਾਕ ਉਹਨਾਂ ਨੂੰ ਆਪਣੀ ਬਣਾ ਦੇ ਜੇ ਉਹ ਬਹੁਤ ਮੁਸ਼ਕਲ ਦੇ ਵਿੱਚ ਨੇ ਅੱਲਾ ਪਾਕ ਇਸ 'ਤੇ ਮੁਸ਼ਕਲ ਨਾ ਲਿਆਵੇ ਅਗਰ ਆਵੇ ਵੀ ਤਾਂ ਅੱਲਾ ਪਾਕ ਆਸਾਨ ਕਰ ਦੇ ਅਤੇ ਦੁਆ ਕਰਨੀ ਚਾਹੀਦੀ ਹਰ ਮੁਸਲਮਾਨ ਦੇ ਹੱਕ ਅੰਦਰ ਅੱਲਾ ਪਾਕ ਇਸ 'ਤੇ ਸਾਡੀਆਂ ਦੁਆਵਾਂ ਮਨਜ਼ੂਰ ਕਰੇ ਕਹਿੰਦਾ ਨਾ ਕਰੀ ਮਨਜ਼ੂਰ ਰੱਬਾ ਮੇਰੀਆਂ ਦੁਆਵਾਂ ਦੂਰ ਰੱਖੀ ਉਹਦੇ ਕੋਲੋਂ ਤੱਤੀਆਂ ਹਵਾਵਾਂ ਇਨਸ਼ਾਅੱਲਾ ਅੱਲਾ ਦੁਆਵਾਂ ਕਰ ਰਹੇ ਹਾਂ ਅੱਲਾ ਦੇ ਹੁਕਮ ਨਾਲ ਭੈਣ ਭਰਾਵਾਂ ਦੇ ਹੱਕ ਦੇ ਅੰਦਰ ਔਰ ਆਪਣੇ ਵੀ ਅੱਲਾ ਪਾਕ ਸਿਹਤ ਦੇਵੇ ਤੰਦਰੁਸਤੀ ਦੇਵੇ ਹਮੇਸ਼ਾ ਅੱਲਾ ਪਾਕ ਰਹਿਮਤ ਦੇ ਸਾਇਆ ਤੱਕ ਰੱਖੇ ਅਤੇ ਇਸੇ ਦੁਆ ਦੇ ਨਾਲ ਹੀ ਅੱਜ ਕੋਲ ਲੈਂਦੇ ਹਾਂ ਇਜਾਜ਼ਤ ਇਜਾਜ਼ਤ ਅੱਲਾ ਹਾਫਿਜ਼ ਰੱਬ ਰੱਖ